ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਕੋਵਿਡ 19 ਦੀ ਔਖੀ ਘੜੀ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾਉਣਾ ਪ੍ਰਸ਼ੰਸਾਯੋਗ ਕਾਰਜ ਡੀਸੀ ਕੋਵਿਡ 19 ਦੀ ਔਖੀ ਘੜੀ ਦੌਰਾਨ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾਉਣਾ ਬਹੁਤ ਹੀ ਪ੍ਰਸ਼ੰਸਾਯੋਗ ਕਾਰਜ ਹੈ ਜਿਸ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਾਖੂਬੀ ਢੰਗ ਦੇ ਨਾਲ ਨਿਭਾਇਆ ਗਿਆ ਇਸ ਦੇ ਲਈ ਸਮੁੱਚੇ ਜ਼ਿਲ੍ਹੇ ਦੀਆਂ NGO ਦਾ ਜ਼ਿਲ੍ਹਾ ਪ੍ਰਸ਼ਾਸਨ ਤਹਿ ਦਿਲੋਂ ਧੰਨਵਾਦ ਕਰਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦਪਾਲ ਸਿੰਘ ਸੰਤੂ ਨੇ ਅੱਜ ਸਬਡਿਵੀਜ਼ਨ ਫਾਜ਼ਲਕਾ ਵਿਖੇ ਲੋੜਵੰਦਾਂ ਤੱਕ ਖਾਣਾ ਤਿਆਰ ਕਰਕੇ ਮੁਹੱਈਆ ਕਰਵਾਉਣ ਵਾਲੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਮੌਕੇ ਕੀਤਾ ਚੀਨੀ ਸੋਸ਼ਲ ਮੀਡੀਆ ਸਾਈਟਾਂ ਨੇ ਪੀਐਮ ਮੋਦੀ ਦਾ ਭਾਸ਼ਣ ਹਟਾਇਆ ਪ੍ਰਧਾਨ ਮੰਤਰੀ ਮੋਦੀ ਦੇ 18 ਜੂਨ ਨੂੰ ਮੁੱਖ ਮੰਤਰੀਆਂ ਦੇ ਨਾਲ ਦੌਰਾਨ ਬੈਠਕ ਚੁ ਕੀਤੀ ਗਏ ਪਾਸ਼ਨ ਨੂੰ ਵੀਬੋਸ ਹਨੇ ਦੋ ਚੀਨੀ ਸੋਸ਼ਲ ਮੀਡੀਆ ਸਾਈਟਾਂ ਤੋਂ ਹਟਾ ਦਿੱਤਾ ਗਿਆ ਹੈ ਭਾਰਤੀ ਦੂਤਕਰਦ ਦੇ ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀਆਂ ਟਿੱਪਣੀਆਂ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਇਹ ਕਦਮ ਸੋਮਵਾਰ ਨੂੰ ਪੂਰਬੀ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਭਾਰਤੀ ਅਤੇ ਚੀਨੀ ਫੌਜ ਦੇ ਵਿਚਕਾਰ ਹੋਈ ਹਿੰਸਕ ਝੜਪ ਦੀ ਪੇਠ ਭੂਮੀ ਵਿੱਚ ਆਇਆ ਜਿਸ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ ਭਾਰਤੀ ਦੂਤਕਰਦੇ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਜ ਸ਼ਿਰਵਾਸਤਵ ਦੀਆਂ ਟਿੱਪਣੀਆਂ ਨੂੰ 18 ਜੂਨ ਨੂੰ ਹਟਾ ਦਿੱਤਾ ਗਿਆ ਸੀ ਪੰਜਾਬ ਪੁਲਿਸ ਇਸ ਹਫਤੇ ਤੋਂ ਦੂਜੀ ਗ੍ਰਿਫਤਾਰੀ ਨਾਲ ਬਹਿਬਲ ਕਲਾ ਗੋਲੀਕਾਂਡ ਮਾਮਲੇ ਦੇ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ ਪੰਕਜ ਬਾਂਸਲ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ ਵੱਲੋਂ ਝੂਠੇ ਸਬੂਤ ਕੜਨ ਵਿੱਚ ਮਦਦ ਕਰਨ ਦੇ ਦੋਸ਼ੇ ਹੀਟਾਂ ਕਾਬੂ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਵਾਲਾ ਬਟਨ ਆਪਕੇ ਕਰ ਦਿਓ ਨਾਲ ਘੰਟੀ ਵਾਲਾ ਬਟਨ ਜਰੂਰ ਨਾਪੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਬਹਿਬਲ ਕਲਾ ਗੋਲੀਬਾਰੀ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਸਫਲਤਾ ਦਰਜ ਕਰਦੇ ਹਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸ਼ਨੀਵਾਰ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਸਾਜਨ ਰਚਨਾ ਤੇ ਆਤਮ ਰੱਖਿਆ ਦੀ ਝੂਠੀ ਕਹਾਣੀ ਕਾੜਨ ਦੇ ਦੋਸ਼ੇਟ ਪੰਕਜ ਮੋਟਰਜ਼ ਮੋਗਾ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੇ ਵਿੱਚ ਇਸ ਹਫਤੇ ਪੁਲਿਸ ਦੇ ਵੱਲੋਂ ਕੀਤੀ ਗਈ ਇਹ ਦੂਜੀ ਅਤੇ ਹੁਣ ਤੱਕ ਦੀ ਤੀਜੀ ਗ੍ਰਿਫਤਾਰੀ ਹੈ ਜਿਸ ਦੇ ਵਿੱਚ ਸਾਬਕਾ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਮੁੱਖ ਮੂਲਜਮ ਹੈ ਉਸ ਦੇ ਸਾਥੀ 소ਹੇਲੇ ਸਿੰਘ ਬਰਾੜ ਨੂੰ ਵਿਸ਼ੇਸ਼ ਜਾਂਚ ਟੀਮ ਨੇ 16 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਕੱਲ ਤੱਕ ਪੁਲਿਸ ਹਿਰਾਸਤ ਵਿੱਚ ਹੈ ਅਗਲੀ ਖਬਰ ਆ ਰਹੀ ਹੈ ਜੀ ਕੈਪਟਨ ਨਮਿੰਦਰ ਸਿੰਘ ਨੇ ਖੇਤੀ ਖੇਤਰ ਸੰਬੰਧੀ ਕੇਂਦਰੀ ਆਰਡੀਨਸਾਂ ਬਾਰੇ 24 ਜੂਨ ਨੂੰ ਸਰਬਪਾਰਟੀ ਮੀਟਿੰਗ ਸਦਿ ਪੰਜਾਬ ਦੇ ਮੁੱਖ ਮੰਤਰੀ ਨੇ ਖੇਤੀਬਾੜੀ ਨਾਲ ਸਬੰਧਤ ਆਰਡੀਨਸਾਂ ਤੇ ਰਾਏ ਬਣਾਉਣ ਦੇ ਲਈ 24 ਜੂਨ ਨੂੰ ਸਰਬਪਾਰਟੀ ਮੀਟਿੰਗ ਬੁਲਾਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨਸ ਸੂਬੇ ਲਈ ਪੂਰੀ ਤਰ੍ਹਾਂ ਅਸਹਿਣਯੋਗ ਹਨ ਕਿਉਂਕਿ ਕਿਸਾਨਾਂ ਦੇ ਹਿੱਤਾਂ ਵਿਰੁੱਧ ਭੁਗਤਦੇ ਹਨ ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਦੌਰ ਦਾ ਵੀ ਅੰਤ ਕਰ ਸਕਦੇ ਹਨ ਸੋ ਦੋਸਤੋ ਤੁਸੀਂ ਆਪਣੀ ਵਿਚਾਰ ਇਸ ਖਬਰ ਤੇ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਮੁੱਖ ਮੰਤਰੀ ਨੇ ਕਿਹਾ ਇਨ੍ਹਾਂ ਆਰਡੀਨੈਂਸਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਖਾਤਮਾ ਕਰਨ ਦਾ ਮੋਢ ਦੱਸਿਆ ਜੋ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਮੀਟਿੰਗ ਦੌਰਾਨ ਪੈਦਾ ਹੋਈ ਸਹਿਮਤੀ ਦੇ ਆਧਾਰ 'ਤੇ ਇੱਕ ਪੱਤਰ ਭਾਰਤ ਸਰਕਾਰ ਨੂੰ ਭੇਜ ਕੇ ਇਹ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ। T20 ਵਰਲਡ ਕੱਪ ਤੇ ਕ੍ਰਿਕਟ ਪ੍ਰੇਮੀਆਂ ਦੇ ਵਾਸਤੇ ਵੱਡੀ ਖਬਰ ਆ ਰਹੀ ਹੈ ਜੀ ਵਿਸ਼ਵ ਕੱਪ ਜਦ ਵੀ ਹੋਇਆ ਪ੍ਰਸ਼ੰਸਕ ਦੇਖਣਗੇ ਲਾਈਵ ਮੈਚ ਕ੍ਰਿਕਟ ਆਸਟ੍ਰੇਲੀਆ ਦੇ आरजी मुख कार्यकारी अधिकारी ने हिक हाकले ने कहा कि शनिवार को जे टी20 विश्व कप ਲਈ 15 टीमों ਨੂੰ ਦੇਸ਼ ਦੇ ਵਿੱਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਪ੍ਰਸ਼ੰਸਕਾਂ ਨੂੰ ਵੀ ਸਟੇਡੀਅਮ ਦੇ ਵਿੱਚ ਲਾਈਵ ਮੈਚ ਦੇਖਣ ਤੋਂ ਰੋਕਿਆ ਨਹੀਂ ਜਾਵੇਗਾ ਹਾਲਾਂਕਿ ਕੇਵਿਨ ਰਾਬਟਸ ਨੇ ਥਾਂ ਦੇ ਲਈ ਜਿਨ੍ਹਾਂ ਨੂੰ ਪਿਛਲੇ ਦਿਨੀ ক্রিকেট ਆਸਟ੍ਰੇਲੀਆ ਨੇ ਕੱਢ ਦਿੱਤਾ ਸੀ ਜੋ ਕਿ ਵਿੱਤੀ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਹਨ ਅਗਲੀ ਖਬਰ ਆ ਰਹੀ ਹੈ Rajasthan ਚ ਹੋਰ ਡੂੰਗਾ ਹੋਇਆ ਪਾਣੀ ਦਾ ਸੰਕਟ ਸੂਬੇ ਦੇ 18 ਸ਼ਹਿਰਾਂ ਅਤੇ ਕਸਬਿਆਂ ਚੋਂ 3 ਤੋਂ 4 ਦਿਨਾਂ ਵਿੱਚ ਇੱਕ ਵਾਰ ਲੋਕਾਂ ਨੂੰ ਮਿਲ ਰਿਹਾ ਪਾਣੀ Rajasthan ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਡੂੰਗਾ ਹੋ ਜਾ ਰਿਹਾ ਜੀ ਸੂਬੇ ਦੇ 18 ਸ਼ਹਿਰਾਂ ਅਤੇ ਕਸਬਿਆਂ ਚੋਂ 3 ਤੋਂ 4 ਦਿਨਾਂ ਚੋਂ ਇੱਕ ਵਾਰ ਲੋਕਾਂ ਨੂੰ ਪਾਣੀ ਮਿਲ ਰਿਹਾ ਹੈ ਸੂਬੇ ਦੇ ਸਰਹੱਦੀ ਬਾੜਮੇਰ ਜ਼ਿਲ੍ਹੇ ਦੇ ਸੀਵਾਨਾ ਕਸਬੇ ਦੇ ਲੋਕਾਂ ਨੂੰ 5 ਦਿਨਾਂ ਵਿੱਚ ਇੱਕ ਵਾਰ ਪੀਣ ਵਾਲਾ ਪਾਣੀ ਮਿਲ ਰਿਹਾ ਹੈ ਜੋਧਪੁਰ ਅਜਮੇਰ ਪੀਲਵਾੜਾ ਤੇ ਉਦੇਪੁਰ ਵਰਗੇ ਵੱਡੇ ਸ਼ਹਿਰਾਂ ਚੋਂ ਵੀ 2 ਦਿਨਾਂ ਚੋਂ ਇੱਕ ਵਾਰ ਹੀ ਪਾਣੀ ਦੀ ਸਪਲਾਈ ਹੋ ਰਹੀ ਹੈ ਜਲ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 18 ਸ਼ਹਿਰਾਂ ਅਤੇ ਕਸਬਿਆਂ ਚੋਂ 3 ਤੋਂ 4 ਦਿਨਾਂ ਦੇ ਵਿੱਚ 79 ਸ਼ਹਿਰਾਂ ਅਤੇ ਕਸਬਿਆਂ ਚੋਂ 2 ਦਿਨਾਂ ਚੋਂ ਇੱਕ ਵਾਰ ਪਾਣੀ ਮਿਲ ਰਿਹਾ ਹੈ ਅਗਲੀ ਖਬਰ ਆ ਰਹੀ ਹੈ ਜੀ ਅਧਿਆਪਕਾਂ ਨੂੰ ਗੈਰ ਅਧਿਆਪਨ ਕਾਰਜਾਂ ਵਾਸਤੇ ਨਾ ਲਾਇਆ ਜਾਵੇ ਡਾਕਟਰ ਚੀਮਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਰੇਤ ਮਾਈਨਿੰਗ ਰੋਕਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੂਬੇ ਨੂੰ ਰੇਤ ਮਾਫੀਆ ਤੇ ਕਾਂਗਰਸੀ ਆਗੂਆਂ ਵਿਚਾਲੇ ਗੱਠ ਜੋੜ ਤੋੜਨਾ ਚਾਹੀਦਾ ਹੈ ਨਾ ਕਿ ਮਾਫੀਏ ਅੱਗੇ ਕਰਕੇ ਅਧਿਆਪਕਾਂ ਦੀ ਜਾਨ ਜੋਖਮ ਦੇ ਵਿੱਚ ਪਾਣੀ ਚਾਹੀਦੀ ਹੈ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਅਧਿਆਪਨ ਕਾਰਜਾਂ ਵਾਸਤੇ ਨਹੀਂ ਲਾਇਆ ਜਾਣਾ ਚਾਹੀਦਾ ਅਗਲੀ ਖਬਰ ਆ ਰਹੀ ਆ ਪੰਜਾਬ ਚੋਂ ਆਏ 120 ਹੋਰ ਕਰੋਨਾ ਪੋਜ਼ਿਟਿਵ ਮਰੀਜ਼ 6 ਦੀ ਹੋਈ ਮੌਤ ਪੰਜਾਬ ਦੇ ਵਿੱਚ ਸ਼ਨੀਵਾਰ ਨੂੰ 120 ਹੋਰ ਨਵੇਂ ਕਰੋਨਾ ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਹਨ ਜਦਕਿ 6 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਦੇ ਨਾਲ ਹੁਣ ਤੱਕ ਮਹਾਮਾਰੀ ਕਾਰਨ ਮਰੇ ਮਰੀਜ਼ਾਂ ਦੀ ਗਿਣਤੀ 98 ਹੋ ਗਈ ਹੈ ਸੂਬੇ ਦੇ ਵਿੱਚ ਪੋਜ਼ੀਟਿਵ ਕੇਸਾਂ ਦੀ ਗਿਣਤੀ 3952 ਹੋ ਗਈ ਹੈ ਸਿਹਤ ਵਿਭਾਗ ਦੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਹੁਣ ਤੱਕ 2678 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ ਜਦਕਿ 1176 ਮਰੀਜ਼ ਇਸ ਵੇਲੇ ਆਈਸੋਲੇਸ਼ਨ ਵਾਰਡ ਦੇ ਵਿੱਚ ਹਨ यूपी ਦੇ ਮੁੱਖ ਮੰਤਰੀ ਵੱਲੋਂ ਅਕਾਲੀ ਦਲ ਦੇ ਵਫਦ ਨੂੰ ਕਿਸੇ ਵੀ ਕਿਸਾਨ ਨੂੰ ਨਾ ਉਜਾੜਨ ਦਾ ਦਿੱਤਾ ਪਰੋਸਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੇ ਉਜਾੜੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਤਿੰਨ ਮੈਂਬਰੀ ਵਫਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮਿਲਿਆ ਇਸ ਵਫਦ ਵਿੱਚ ਸਾਬਕਾ ਸਿੱਖਿਆ ਮੰਤਰੀ ਡਾਕਟਰ ਚੀਮਾ ਸਾਬਕਾ ਮੰਤਰੀ ਸਕੰਦਰ ਮਲੂਕਾ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਚੰਦੂ ਮਾਜਰਾ ਵੀ ਸ਼ਾਮਲ ਸਨ ਜਾਣਕਾਰੀ ਦੰਦਿਆ ਡਾਕਟਰ ਦਲਜੀਤ ਚੀਮਾ ਨੇ ਦੱਸਿਆ ਕਿ ਯੂਪੀ ਦੇ ਮੁੱਖ ਮੰਤਰੀ ਵੱਲੋਂ ਕਿਸੇ ਵੀ ਸਿੱਖ ਨੂੰ ਨਾ ਉਜਾੜੇ ਜਾਣ ਦਾ ਭਰੋਸਾ ਦਿੱਤਾ ਹੈ ਪ੍ਰਾਈਵੇਟ ਹਸਪਤਾਲਾਂ ਤੇ ਸਕੰਜਾ ਕੱਸਿਆ ਜਾਵੇਗਾ ਸੋਮਵਾਰ ਤੋਂ ਬਾਅਦ ਪੜੋ ਕੈਪਟਨ ਅਮਰਿੰਦਰ ਨੇ ਹੋਰ ਕਿਹੜੇ ਕੀਤੇ ਐਲਾਨ ਇਸ ਵੇਲੇ ਦੀ ਵੱਡੀ ਖਬਰ ਆ ਜੀ ਇੱਕ ਪਿੱਛੇ ਪੰਜ ਮਾਰੋ ਕੈਪਟਨ ਅਮਰਿੰਦਰ ਸਿੰਘ ਬੋਲੇ ਚੀਨ ਦੇ ਨਾਲ ਹੋਈ ਝੜਪ ਬਾਰੇ 50 ਲੱਖ ਰੁਪਏ ਦੀ ਰਾਸ਼ੀ ਮਿਲੇਗੀ ਸ਼ਹੀਦ ਦੇ ਪਰਿਵਾਰਾਂ ਨੂੰ 10 ਤੋਂ 12 ਲੱਖ ਵਧਾ ਕੇ 50 ਲੱਖ ਕੀਤੀ ਸ਼ਹੀਦ ਦੇ ਪਰਿਵਾਰਾਂ ਲਈ ਰਾਸ਼ੀ ਐਸ ਐਫ ਜੇ ਦੇ ਪੰਨੂ ਤੇ ਬਰੇ ਕੈਪਟਨ ਕਹਿਿਆ ਪੰਜਾਬ ਚੋਂ ਵੜ ਕੇ ਦਿਖਾਵੇ ਕੋਈ ਖਾਲਸਤਾਨੀ ਸਰਗਰਮੀ ਨਹੀਂ ਹੋਣ ਦੇਣੀ ਪੰਜਾਬ ਚੋਂ ਅੱਤਵਾਦ ਨਹੀਂ ਉੱਠਣ ਦੇਣਾ ਕੇਂਦਰ ਐਮ ਐਸ ਪੀ ਖਤਮ ਕਰਨਾ ਚਾਹੁੰਦੀ ਨੀਅਤ ਸਾਫ ਨਹੀਂ ਯੂ ਪੀ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦਾ ਵਿਰੋਧ ਕਰਾਂਗੇ yogi ਨੂੰ ਲਿਖਿਆ ਖੱਤ ਪੀਐਮ ਕੋਲ ਵੀ ਉਠਾਵਾਂਗੇ ਮੁੱਦਾ 3 ਸਾਲਾਂ ਤੋਂ ਨਸ਼ਾ ਸਪਲਾਈ ਦਾ ਲੱਕ ਤੋੜਨ ਦਾ ਕੀਤਾ ਦਾਵਾ ਪੀਪੀਈ ਕਿੱਟਾਂ ਤੇ ਐਕਸਪੋਰਟ ਕਰਨ ਦੀ ਇਜਾਜ਼ਤ ਦਿਓ ਜੇ ਕਿਸੇ ਨੇ ਬਾਹਰੋਂ ਆਉਣਾ ਹੈ ਤਾਂ ਕਰੋਨਾ ਟੈਸਟ ਕਰਾ ਕੇ ਰਿਪੋਰਟ ਲੈ ਕੇ ਆਓ ਜੇਕਰ ਪੰਜਾਬ ਤੋਂ ਕਿਸੇ ਨੇ ਬਾਹਰ ਜਾਣਾ ਤਾਂ ਇੱਥੇ ਟੈਸਟ ਕਰਾ ਕੇ ਬਾਹਰ ਜਾਓ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਤੇ ਖਰਚੇ ਰੈਗੂਲੇਟ ਕਰਾਂਗੇ ਇਲਾਜ ਮੌਕੇ ਲੁੱਟਣਾ ਨੂੰ ਲੋਕਾਂ ਨੂੰ ਲੁੱਟਣਾ ਦੇਸ਼ ਵਿਰੋਧੀ ਤੇ 584 ਵੈਂਟੀਲੇਟਰ ਹਨ ਅਤੇ 650 ਛੇਤੀ ਹੋ ਜਾਣਗੇ ਅਗਲੀ ਖਬਰ ਆ ਰਹੀ ਹੈ ਜੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਇੱਕੋ ਨੰਬਰ ਦੀਆਂ ਦੋ ਗੱਡੀਆਂ ਸਮੇਤ ਪੁਲਿਸ ਅੜਿੱਕੇ ਬਰਨਾਲਾ ਤੋਂ ਖਬਰ ਆ ਰਹੀ ਹੈ ਜੀ ਠਾਣਾ ਮਹਿਲਕਲਾਂ ਦੀ ਪੁਲਿਸ ਨੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਨੂੰ ਇੱਕੋ ਨੰਬਰ ਦੀਆਂ ਦੋ ਗੱਡੀਆਂ ਸਮੇਤ ਕਾਬੂ ਕਰਕੇ ਚਾਲਾ 40 ਗੱਟੇ ਮਿਲਕ ਪਾਊਡਰ ਬਰਾਮਦ ਕੀਤਾ ਹੈ ਜਾਣਕਾਰੀ ਦਿੰਦਿਆਂ ਠਾਣਾ ਮਹਿਲਕਲਾਂ ਦੇ ਐਸਐਚਓ ਜਸਵਿੰਦਰ ਕੌਰ ਨੇ ਦੱਸਿਆ ਕਿ ਮੁੱਖ ਖਬਰ ਖਾਸ ਦੀ ਇਤਲਾਹ ਤੇ ਏਐਸਆਈ ਗੁਰਸਿਮਰਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਮੂਮਾ ਤੋਂ ਦੁੱਧ ਦਾ ਕਾਰੋਬਾਰ ਕਰਨ ਵਾਲੇ ਵਿਜੇ ਕੁਮਾਰ ਪੁੱਤਰ ਪ੍ਰੇਮਚੰਦ ਵਾਸੀ ਮੂਮਾ ਨੂੰ ਇੱਕ ਪੀਬੀ ਨੰਬਰ PB19H9635 ਵਾਲੀਆਂ ਦੋ ਗੱਡੀਆਂ ਦੇ ਸਮੇਤ ਕਾਬੂ ਕੀਤਾ ਇਸ ਤੋਂ ਇਲਾਵਾ ਇੱਕ ਕੈਂਟਰ ਦੇ ਵਿੱਚ ਰੱਖੇ 40 ਗੱਟੇ ਮਿਲਕ ਪਾਊਡਰ ਤੇ 4 ਕੁਇੰਟਲ ਤਰਲ ਦੁੱਧ ਵੀ ਬਰਾਮਦ ਕੀਤਾ ਹੈ ਇੱਕ ਪਾਸੇ ਕਰੋਨਾ ਦੂਸਰੇ ਪਾਸੇ ਮੰਗਾਈ ਦੀ ਮਾਰ ਝੱਲਣ ਨੂੰ ਮਜਬੂਰ ਆਮ ਲੋਕ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਤੁਸੀਂ ਇਸ ਖਬਰ ਤੇ ਆਪਣੀ ਟਿੱਪਣੀ ਦੇ ਸਕਦੇ ਹੋ ਵੀ ਮੰਗਾਈ ਸਰਕਾਰ ਕਿੰਨੀ ਕੁ ਵਧਾ ਰਹੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਰੱਖਿਆ ਹੋਇਆ ਹੈ ਤੇ ਕਰੋਨਾ ਦੇ ਚੱਲਦੇ ਪੈਦਾ ਹੋਈਆਂ ਗੰਭੀਰ ਸਥਿਤੀਆਂ ਨੇ ਆਮ ਲੋਕਾਂ ਦੀ ਰੋਜ਼ਮਰਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਉੱਥੇ ਹੀ ਵਿਦੇਸ਼ੀ ਸਰਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਗਰਾਊਂਡ ਲੈਵਲ ਤੇ ਕਰੋਨਾ ਸਮੱਸਿਆ ਦੇ ਨਾਲ ਜੂਝ ਰਹੇ ਹਰੇਕ ਨਾਗਰਿਕ ਨੂੰ ਫਾਈਨਾਂਸ ਤੌਰ ਤੇ ਨਹੀਂ ਬਲਕਿ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਹਰ ਤਰ੍ਹਾਂ ਚੋਂ ਸਹਾਇਤਾ ਕਰਨ ਚ ਕੋਈ ਕਸਰ ਨਹੀਂ ਛੱਡੀ ਇਸ ਦੇ ਉਲਟ ਭਾਰਤ ਦੇ ਵਿੱਚ ਕਿਸੇ ਵੀ ਪ੍ਰਦੇਸ਼ ਸਰਕਾਰ ਦੀ ਗੱਲ ਤਾਂ ਦੂਰ ਕੇਂਦਰ ਸਰਕਾਰ ਨੇ ਵੀ ਦੇਸ਼ ਵਾਸੀਆਂ ਨੂੰ ਕੋਈ ਖਾਸ ਸਹੂਲਤ ਨਹੀਂ ਦਿੱਤੀ ਪਿਛਲੇ ਦਿਨਾਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਰੇ ਲੋਕਾਂ ਦੇ ਵਿਚਾਰ ਜਾਣਨ ਦੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਆਮ ਲੋਕਾਂ ਨੇ ਕਿਹਾ ਕਿ ਇਹ ਕਿਸੇ ਅਤਿਆਚਾਰ ਤੋਂ ਘੱਟ ਨਹੀਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਦੱਸ ਸਕਦੇ ਹੋ ਮੰਗਾਈ ਤੇ ਪਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਤੇ ਕਰੋਨਾ ਮਹਾਮਾਰੀ ਤੋਂ ਨਜਾਤ ਪਾਉਣ ਦੇ ਲਈ ਸਰਕਾਰ ਦੇ ਪ੍ਰਬੰਧਾਂ ਤੇ ਅਗਲੀ ਖਬਰ ਆ ਰਹੀ ਹੈ ਜੀ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਕਾਰਨਾਮਾ 5 ਦਿਨਾਂ ਤੋਂ ਨਹੀਂ ਦਿੱਤੀ ਜਾ ਰਹੀ ਕਰੋਨਾ ਸ਼ੱਕੀ ਔਰਤ ਦੀ ਲਾਸ਼ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ 65 ਸਾਲਾ ਔਰਤ ਦੀ ਮੌਤ ਹੋ ਗਈ ਸੀ ਤੇ ਲੱਛਣ ਦਿਸਣ ਕਾਰਨ ਉਸ ਦਾ ਕਰੋਨਾ ਟੈਸਟ ਕਰਵਾਇਆ ਗਿਆ ਪਰ ਔਰਤ ਦੀ ਮੌਤ ਨੂੰ ਅੱਜ 5 ਦਿਨ ਹੋ ਚੁੱਕੇ ਹਨ ਨਾ ਹੀ ਕਰੋਨਾ ਰਿਪੋਰਟ ਆ ਰਹੀ ਅਤੇ ਨਾ ਹੀ ਔਰਤ ਦੀ ਮ੍ਰਿਤਕ ਦੇ ਪਰਿਵਾਰ ਨੂੰ ਸੰਸਕਾਰ ਦੇ ਲਈ ਦਿੱਤੀ ਜਾ ਰਹੀ ਆ ਔਰਤ ਦੀ ਲਾਸ਼ ਨੂੰ ਪਿਛਲੇ 5 ਦਿਨਾਂ ਤੋਂ ਕਰੋਨਾ ਦਾ ਸ਼ੱਕ ਹੋਣ ਦੇ ਕਾਰਨ ਸਿਵਲ ਹਸਪਤਾਲ ਦੇ ਵਿੱਚ ਹੀ ਰੱਖਿਆ ਹੋਇਆ ਹੈ ਹਨੇਰੀ ਦੌਰਾਨ ਥਰੀ-ਵੀਲਰ ਤੇ ਡਿੱਗਾ ਸਫੈਦਾ ਚਾਲਕ ਦੀ ਮੌਤ ਹਨੇਰੀ ਦੇ ਕਾਰਨ ਅਮਰਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ 15 ਤੇ ਸੜਕ ਕਿਨਾਰੇ ਲੱਗੇ ਦਰਖਤਾਂ ਵਿੱਚੋਂ ਇੱਕ ਸਫੈਦਾ ਬਟਾਲਾ ਤੋਂ ਆ ਰਹੇ 3 ਵੀਲਰ ਤੇ ਸਿੱਧਾ ਡਿੱਗਿਆ ਜਿਸ ਦੀ ਸੱਟੇ ਵੱਜੋ 3 ਵੀਲਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਆਟੋ ਚ ਸਵਾਰ ਉਸ ਦੀ ਪਤਨੀ ਅਤੇ ਦੋ ਬੇਟੀਆਂ ਜ਼ਖਮੀ ਹੋ ਗਈਆਂ। ਅਗਲੀ ਖਬਰ ਆ ਰਹੀ ਹੈ ਜੀ ਲਾਕਡਾਊਨ ਤੋਂ ਬਾਅਦ ਫਿਰ ਸ਼ੁਰੂ ਦਾ ਕਪਲ ਸ਼ਰਮਾ ਸ਼ੋ ਸੋਨੂ ਸੂਦ ਹੋ ਸਕਦੇ ਪਹਿਲੇ ਮਹਿਮਾਨ। ਮਹਾਰਾਸ਼ਟਰ ਸਰਕਾਰ ਨੇ 20 ਜੂਨ ਤੋਂ ਫਿਲਮ ਸਿਟੀ ਵਿਖੇ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਆ ਫਿਲਮ ਸਿਟੀ ਵਿੱਚ ਦਾ ਕਪਲ ਸ਼ਰਮਾ ਸ਼ੋ ਦੀ ਸ਼ੂਟਿੰਗ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ ਅਰਚਨਾ ਪੂਰਨ ਸਿੰਘ ਨੇ ਦੱਸਿਆ ਕਿ ਫਿਲਮ ਨੂੰ ਪ੍ਰਮੋਟ ਕਰਨ ਵਾਲੇ ਅਦਾਕਾਰਾਂ ਤੋਂ ਇਲਾਵਾ ਇਸ ਵਾਰ ਕਰੋਨਾ ਵਾਰੀਅਰਜ਼ ਨੂੰ ਵੀ ਸ਼ੋਅ ਦੇ ਵਿੱਚ ਨਜ਼ਰ ਆਣਗੇ ਇਸ ਗੱਲ ਦੀ ਵੀ ਚਰਚਾ ਹੈ ਕਿ ਸੋਨੂ ਸੂਦ ਇਸ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ 21 ਜੂਨ ਨੂੰ ਵੱਡਾ ਸਾਈਬਰ ਅਟੈਕ 2 ਲੱਖ ਭਾਰਤੀ ਯੂਜ਼ਰ ਹੈਕਰਸ ਦੇ ਨਿਸ਼ਾਨੇ ਤੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਾਈਬਰ ਅਟੈਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਰੋਨਾ ਵਹਾ ਵਾਇਰਸ ਮਹਾਮਾਰੀ ਤੋਂ ਬਾਅਦ ਸਾਈਬਰ ਅਟੈਕ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ ਹੁਣ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਭਾਰਤ ਉਹਨਾਂ 6 ਦੇਸ਼ਾਂ 'ਚ ਸ਼ਾਮਲ ਹੈ ਜਿੱਥੇ ਅੱਜ 21 ਜੂਨ ਨੂੰ ਵੱਡਾ ਸਾਈਬਰ ਅਟੈਕ ਹੋ ਸਕਦਾ ਹੈ ਉਰਤਕ ਕੋਰੀਆ ਦੇ ਹੈਕਰਸ ਕੋਵਿਡ-19 ਥੀਮ ਨੂੰ ਹਥਿਆਰ ਬਣਾ ਕੇ ਫਿਸ਼ਿੰਗ ਕੈਂਪੇਨ ਕਰ ਸਕਦੇ ਹਨ ਜੈਡ ਨੈਟ ਦੀ ਸ਼ੁੱਕਰਵਾਰ ਨੂੰ ਪਬਲਿਸ਼ ਇੱਕ ਰਿਪੋਰਟ ਦੇ ਮੁਤਾਬਕ ਇੱਕ ਗਰੁੱਪ ਦੁਆਰਾ ਵੱਡਾ ਅਟੈਕ ਕੀਤਾ ਜਾ ਸਕਦਾ ਹੈ ਇਹ ਅਟੈਕ ਚ 50 ਲੱਖ ਤੋਂ ਜ਼ਿਆਦਾ ਲੋਕ ਅਤੇ ਕੰਪਨੀਆਂ ਨਿਸ਼ਾਨੇ ਤੇ ਹਨ ਜਿਨ੍ਹਾਂ ਚੋਂ ਛੋਟੇ ਅਤੇ ਵੱਡੇ ਕਾਰੋਬਾਰੀ ਵੀ ਸ਼ਾਮਲ ਹਨ 6 ਦੇਸ਼ਾਂ ਤੋਂ ਹੋ ਸਕਦਾ ਹੈ ਵੱਡਾ ਸਾਈਬਰ ਅਟੈਕ ਸਿੰਗਾਪੁਰ ਚ ਹੈੱਡ ਕੁਆਟਰ ਵਾਲੀ ਸਾਈਬਰ ਸਿਕਿਉਰਿਟੀ ਕੰਪਨੀ ਦੇ ਮੁਤਾਬਕ ਨਾਰਥ ਕੋਰੀਆਈ ਹੈਕਰ ਗਰੁੱਪ ਇਸ ਅਟੈਕ ਰਾਹੀਂ ਪੈਸੇ ਕਮਾਉਣਾ ਚਾਹੁੰਦੀਆਂ ਹਨ ਤੇ ਇਸ ਅਟੈਕ ਨੂੰ ਟਾਰਗੇਟਡ ਈਮੇਲ ਯੂਜ਼ਰ ਦੇ ਨਾਲ ਕੁਝ ਫਰਾਡ ਵੈਬਸਾਈਟਾਂ ਦੇ ਜਾਨ ਨੂੰ ਕਿਹਾ ਜਾਵੇਗਾ ਤੇ ਉਥੇ ਆਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ ਦਾ ਖੁਲਾਸਾ ਕਰਨ ਦੇ ਲਈ ਫਸਾਇਆ ਜਾਵੇਗਾ ਦੁਨੀਆ ਦੀ ਚੀਨ ਦੇ ਨਾਲ ਵਪਾਰ ਚ ਕੋਈ ਦਿਲ ਚ ਦਿਲ ਚਸਪੀ ਨਹੀਂ ਗੜਗਰੀ ਕੇਂਦਰੀ ਮੰਤਰੀ ਨਿਤਨ ਗੜਗਰੀ ਨੇ ਕਿਹਾ ਕਿ 5 ਸਾਲਾਂ ਵਿੱਚ ਭਾਰਤ ਇਲੈਕਟ੍ਰੋਨਿਕ ਵਾਨਾਂ ਦਾ ਨਿਰਮਾਣ ਕੇਂਦਰ ਬਣੇਗਾ ਦੁਨੀਆ ਹੁਣ ਚੀਨ ਦੇ ਨਾਲ ਕਾਰੋਬਾਰ ਕਰਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੀ ਉਹਨਾਂ ਨੇ ਕਿਹਾ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਨੂੰ ਬੇਨਤੀ ਹੈ ਕਿ ਉਹ ਕੋਵਿਡ-19 ਦੇ ਮੱਦੇਨਜ਼ਰ ਬਦਲੀਆਂ ਹਾਲਾਤਾਂ ਦੇ ਮੱਦੇਨਜ਼ਰ ਪੈਦਾ ਹੋਏ ਮੌਕਿਆਂ ਦਾ ਲਾਭ ਲੈਣ ਇੰਟਰਨੈਟ ਸਪੀਡ ਤੋਂ Jio ਦਾ ਦਬਦਬਾ ਬਰਕਰਾਰ Airtel Vodafone ਨੂੰ ਛੱਡਿਆ ਪਿੱਛੇ Reliance Jio ਨੇ ਮਈ 2020 ਦੇ ਲਈ ਇੰਟਰਨੈਟ ਸਪੀਡ ਦੇ ਮਾਮਲੇ 'ਚ ਇੱਕ ਵਾਰ ਫਿਰ ਬਾਜ਼ੀ ਮਾਰ ਲਈ ਹੈ ਜੀ Jio Airtel ਨੇ Vodafone Idea ਨੂੰ ਪਿੱਛੇ ਛੱਡਦੇ ਹੋਏ 4G ਸੈਗਮੈਂਟ ਚ ਗਾਕਾਂ ਨੂੰ 14.1 MBBS ਐਵਰੇਜ ਡਾਊਨਲੋਡ ਸਪੀਡ ਦਿੱਤੀ ਹੈ ਇਹ ਜਾਣਕਾਰੀ ਟਰਾਈ ਦੇ ਨਵੇਂ ਡਾਟੇ ਸਮ ਡਾਟੇ ذریعے ਸਾਹਮਣੇ ਆਈ ਹੈ ਜਲਦੀ ਹੀ ਸੂਬੇ ਚ ਡਾਕਟਰਾਂ ਸਣੇ ਮੈਡੀਕਲ ਸਟਾਫ ਦੀ ਕੀਤੀ ਜਾਵੇਗੀ ਭਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਤੇ ਚੱਲਦਾ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤਹਿਤ ਕਰੋਨਾ ਦੇ ਖਾਤਮੇ ਦੇ ਲਈ ਰਾਜ ਪੱਧਰ ਤੇ ਜਾਗਰੂਕਤਾ ਮਹਮ ਚਲਾਈ ਜਾਵੇਗੀ ਇਸ ਚ ਲੋਕਾਂ ਦਾ ਭਰਪੂਰ ਸੰਯੋਗ ਵੀ ਮਿਲ ਰਿਹਾ ਹੈ ਇਸ ਵਿਚਾਰ ਤੇ ਸਿਹਤ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਅੱਜ ਦਸੂਹਾ ਤੋਂ 355 ਲੱਖ ਰੁਪਏ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਦੀ ਇਨੀ ਦੀ ਇਮਾਰਤ ਮੌਕੇ ਪ੍ਰਗਟ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਪੂਰੇ ਜ਼ਿਲ੍ਹੇ ਚੋਂ ਸੂਬੇ ਚੋਂ ਪੂਰੇ ਜਲਦੀ ਹੀ ਡਾਕਟਰਾਂ ਦੇ ਸਣੇ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ ਲੋਕਾਂ ਦਾ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਦਾ ਰੁਝਾਨ ਵਧਿਆ ਇਸ ਵੇਲੇ ਦੀ ਵੱਡੀ ਖਬਰ ਹੈ ਜ਼िले ਦੇ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ 'ਚ ਹੋਇਆ 62% ਦਾਖਲਾ ਨਵਾਂ ਸ਼ਹਿਰ ਤੋਂ ਖਬਰ ਆ ਰਹੀ ਹੈ ਜੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸ਼ੁਰੂ ਕੀਤੀ ਦਾਖਲਾ ਮੁਹਿੰਮ ਤੋਂ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਦੇ ਵੱਲੋਂ ਪਰਮਾ ਹੁੰਗਾਰਾ ਮਿਲ ਰਿਹਾ ਹੈ ਜਿਸ ਦਾ ਪ੍ਰਮਾਣ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਹੋ ਰਿਹਾ ਹੈ ਵਿਦਿਆਰਥੀਆਂ ਦੇ ਦਾਖਲਿਆਂ ਤੋਂ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ ਅਗਲੀ ਖਬਰ ਆ ਰਹੀ ਹੈ ਜੀ ਫਿਰੋਜ਼ਪੁਰ ਸ਼ਹਿਰੀ ਹਲਕੇ ਨੂੰ ਮਿਲੀ 14ਵੇਂ ਵਿੱਤ ਕਮਿਸ਼ਨ ਦੀ 5 ਕਰੋੜ ਰੁਪਏ ਦੀ ਗ੍ਰਾਂਟ ਪਿੰਕੀ 14ਵੇਂ ਵਿੱਤ ਕਮਿਸ਼ਨ ਦੀ ਜਾਰੀ ਗ੍ਰਾਂਟ ਤਹਿਤ ਫਿਰੋਜ਼ਪੁਰ ਸ਼ਹਿਰੀ ਹਲਕੇ ਨੂੰ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਜਿਸ ਦੀ ਵੰਡ ਪੰਚਾਇਤਾਂ ਨੂੰ ਕੀਤੀ ਜਾਵੇਗੀ ਵਿਧਾਇਕ ਪਰਮੇਂਦਰ ਪਿੰਕੀ ਨੇ ਦੱਸਿਆ ਕਿ ਇਹ ਗ੍ਰਾਂਟ ਹਲਕੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਖਰਚ ਕੀਤੀ ਜਾਵੇਗੀ ਤੇ ਪਿੰਡੂ ਇਲਾਕਿਆਂ 'ਚ ਚੌਥਾ ਤਰਫਾ ਵਿਕਾਸ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਸੇਵਾਦਾਰ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਮ ਤੇ ਅਮਰੀਕਾ ਦਾ ਏ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਬੰਦ ਕੀਤਾ ਅਮਰੀਕਾ ਦੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਨੂੰ ਆਰਜੀ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਦਰਅਸਲ ਗੁਰਦੁਆਰੇ ਚੋਂ ਸੇਵਾ ਨਿਭਾਉਣ ਵਾਲੇ ਕੁਝ ਸੇਵਾਦਾਰਾਂ ਦੀਆਂ ਕਰੋਨਾ ਰਿਪੋਰਟਾਂ ਪੋਜ਼ਿਟਿਵ ਆਈਆਂ ਸਨ ਇਸ ਤੋਂ ਬਾਅਦ ਹੀ ਸਾਵਧਾਨੀਆਂ ਵਰਤਦਿਆਂ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭੁਗਤੇ ਜਗਮੀਤ ਸਿੰਘ ਦੇ ਹੱਕ ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨਸਲਵਾਦ ਖਿਲਾਫ ਮਤਾ ਲਿਆਉਣ ਵਾਲੇ ਆਪਣੇ ਸਿਆਸੀ ਵਿਰੋਧੀ ਜਗਮੀਤ ਸਿੰਘ ਦੇ ਹੱਕ ਵਿੱਚ ਭੁਗਤਿਆ ਹਨ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸੰਥਾਗਤ ਨਸਲਵਾਦ ਖਿਲਾਫ ਮਤੇ ਪ੍ਰਵਾਨ ਨਾ ਕਰਨ ਵਾਲੇ ਬਲੌਕ ਕਯੂਬਿਕ ਹਾਊਸ ਦੇ ਨੇਤਾ ਆਲੈਨ ਥੀਰੀਅਰ ਨੂੰ ਨਸਲਵਾਦੀ ਕਹਿਣ ਤੇ ਜਗਮੀਤ ਸਿੰਘ ਨੂੰ ਕੱਲ ਸੰਸਦ ਦੇ ਵਿੱਚੋਂ ਇੱਕ ਦਿਨ ਦੀ ਕਾਰਵਾਈ ਤੋਂ ਬਾਹਰ ਕੱਢ ਦਿੱਤਾ ਸੀ ਤਿੰਨ ਦਿਨਾਂ ਤੋਂ ਟਰਾਂਸਫਾਰਮ ਖਰਾਬ ਪ੍ਰਦਰਸ਼ਨ ਤੇ ਬਾਅਦ ਜਾਗਿਆ ਪਾਵਰ ਕਾਮ ਬਟਾਲਾ ਰੋਡ ਅਧੀਨ ਪੈਂਦੇ ਚੌਧਰੀ ਹਰੀ ਨਗਰ ਦਸ਼ਮੇਸ਼ ਨਗਰ ਤੇ ਸੰਧੂ ਵੀਡੀਓ ਹਾਲ ਵਾਲੀ ਗਲੀ ਚ ਦਰਜਨਾ ਕਰਾਂਦਾ ਪਿਛਲੇ 3 ਦਿਨਾਂ ਤੋਂ ਬਿਜਲੀ ਗਾਇਬ ਹੈ ਬਿਜਲੀ ਪਾਣੀ ਦੀ ਕਿੱਲਤ ਦੇ ਨਾਲ ਯੋਜਨਾ ਪੈ ਰਿਹਾ ਹੈ ਪਾਵਰ ਕਾਮ ਦੀ ਕਾਰਜ ਪ੍ਰਣਾਲੀ ਤੋਂ ਸਤਾਏ ਲੋਕਾਂ ਨੇ ਪਾਵਰ ਕਾਰ ਮੈਨੇਜਮੈਂਟ ਦੇ ਖਿਲਾਫ ਨਾਰੇਬਾਜ਼ੀ ਕਰਕੇ ਆਪਣੀ ਪੜਾਅਸ ਕੱਢੀ ਚੀਨੀ ਕੰਪਨੀ Oppo ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ 30 ਲੋਕਾਂ ਦੇ ਖਿਲਾਫ ਕੇਸ ਦਰਜ ਵੱਡੀ ਖਬਰ ਆ ਰਹੀ ਹੈ ਜੀ ਗਲਵਾਨ ਘਾਂਟੀ ਚੋਂ ਚੀਨੀ ਕਰਤੂਤ ਤੋਂ ਬਾਅਦ ਦੇਸ਼ ਚ ਗੁੱਸੇ ਦਾ ਮਾਹੌਲ ਹੈ ਲੋਕ ਚੀਨੀ ਕੰਪਨੀਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਹਿੰਦੂ ਸੁਰੱਖਿਆ ਦਲਾਂ ਦੇ ਦਰਜਨਾ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਗ੍ਰੇਡ ਨੈਰੋਇਡਾ ਚੁਸਿਤਿਤ ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ Oppo ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਹਿੰਦੂ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਭੂਪੇਂਦਰ ਤੋਮਰ ਸਮੇਤ 30 ਲੋਕਾਂ ਦੇ ਖਿਲਾਫ ਲਾਕਡਾਊਨ ਅਤੇ ਧਾਰਾ 144 ਦੀ ਉਲੰਘਣਾ ਕਰਨ ਤੇ ਮਾਮਲਾ ਦਰਜ ਕਰ ਲਿਆ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਇਟਲੀ ਜੂ ਭਾਰਤੀ ਅੰਬੈਸੀ ਵੱਲੋਂ ਬਿਨਾ ਪੇਪਰਾਂ ਦੇ ਰਹਿ ਰਹੇ ਭਾਰਤੀਆਂ ਨੂੰ ਨਵੇਂ ਪਾਸਪੋਰਟ ਦੇਣੇ ਕੀਤੇ ਸ਼ੁਰੂ ਇਟਲੀ ਵਿੱਚ ਜਦੋਂ ਵੀ ਇਮੀਗ੍ਰੇਸ਼ਨ ਖੁੱਲੀ ਹੈ ਤਾਂ ਬਿਨਾ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਦਾ ਰੰਗ ਪੀਲਾ ਪਿਆ ਸੀ ਕਿ ਉਹ ਬਿਨਾ ਪਾਸਪੋਰਟ ਦੇ ਪੇਪਰ ਭਰਨ ਤੋਂ ਰਹਿ ਨਾ ਜਾਣ ਪਰ ਹੁਣ ਸੰਜੀਦਾ ਢੰਗ ਦੇ ਨਾਲ ਭਾਰਤੀ ਅੰਬੈਸੀ ਨੇ ਇਟਲੀ ਦੇ ਕੱਚੇ ਭਾਰਤੀਆਂ ਦੀ ਬਾਹ ਫੜੀ ਹੈ ਉਹ ਕਾਬਲੇ ਤਾਰੀਫ ਹੈ ਚੀਨ ਵਿਵਾਦ ਤੇ ਪੀਐਮ ਮੋਦੀ ਦੇ ਸਮਰਥਨ ਚ ਚਾਰ ਸੂਬੇ ਸੀ ਦੇ ਸੀਐਮ ਕਿਹਾ ਰਾਜਨੀਤੀ ਨਹੀਂ ਰਣਨੀਤੀ ਦਾ ਕਾਟੀ ਨੂੰ ਭਾਰਤ ਦੇ 20 ਫੌਜੀਆਂ ਦੀ ਸ਼ਹਾਦਤ ਦੇ ਕਾਂਗਰਸ ਸਮੇਤ ਹੋਰ ਕਈ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਤੇ ਹਮਲਾਵਾਰ ਹਨ ਕਾਂਗਰਸ ਫੌਜੀ ਕਾਂਗਰਸ ਫੌਜੀਆਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ਤੋਂ ਸਵਾਲ ਪੁੱਛ ਰਹੀ ਹੈ ਚਾਈਨੀਜ਼ ਐਪ ਤੇ ਬੈਨ ਦਾ ਕੋਈ ਆਰਡਰ ਨਹੀਂ ਸਰਕਾਰ ਨੇ ਕੀਤਾ ਇਨਕਾਰ ਇਸ ਵੇਲੇ ਦੀ ਵੱਡੀ ਖਬਰ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਇਲੈਕਟ੍ਰੋਨਿਕਸ ਅਤੇ ਆਈਟੀ ਮਿਨਿਸਟਰੀ ਦੇ ਨੈਸ਼ਨਲ ਇਨਫਾਰਮੈਟਿਕ ਸੈਂਟਰ ਦੇ ਵੱਲੋਂ ਚੀਨ ਦੀਆਂ ਐਪਸ ਦਾ ਇਸਤੇਮਾਲ ਕਰਨ ਦਾ ਬੰਦ ਕਰਨ ਦਾ ਆਰਡਰ ਦਿੱਤਾ ਗਿਆ ਸਰਕਾਰ ਅਜੇਹੇ ਦਾਅਵੇ ਤੋਂ ਇਨਕਾਰ ਕਰਦੇ ਹੋਏ ਪੂਰੀ ਤਰ੍ਹਾਂ ਝੂਠ ਦੱਸਿਆ ਹੈ ਵਾਇਰਲ ਮੈਲਵੇਅਰਸ ਨੂੰ ਕਿਹਾ ਗਿਆ ਹੈ ਕਿ ਚਾਈਨਿਸ ਐਪਸ ਨੂੰ Google Play Store ਅਤੇ Apple Store ਤੇ ਵੀ ਰੈਸਟ੍ਰਿਕਟ ਕੀਤਾ ਜਾਵੇ ਸਰਕਾਰ ਨੇ ਕਿਹਾ ਇਹ ਆਰਡਰ ਪੂਰੀ ਤਰ੍ਹਾਂ ਫੇਕ ਹੈ ਚਾਈਨਿਸ ਐਪਸ ਦੀ ਲਿਸਟ ਦੇ ਵਿੱਚ ਕਈ ਗੇਮਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਮੈਸੇਜ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਨ ਐਪਸ ਦੀ ਮਦਦ ਦੇ ਨਾਲ ਯੂਜ਼ਰ ਦੀ ਪ੍ਰਾਈਵੇਸੀ ਨੂੰ ਖਤਰਾ ਹੈ ਇਸ ਦੇ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਪੀਆਈਬੀ ਦੀ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਕਹ ਰਿਹਾ ਹੈ ਕਿ ਇਹ ਆਰਡਰ ਪੂਰੀ ਤਰ੍ਹਾਂ ਫੇਕ ਹੈ ਅਜਿਹਾ ਕੋਈ ਵੀ ਆਦੇਸ਼ ਭਾਰਤ ਜਾਂ ਮੰਤਰਾਲੇ ਦੇ ਦੁਆਰਾ ਨਹੀਂ ਦਿੱਤਾ ਗਿਆ ਸੋ ਦੋਸਤੋ ਅਗਲੀ ਖਬਰ ਆ ਰਹੀ ਹੈ ਜੀ ਪਤਨੀ ਤੋਂ ਦੁਖੀ ਪਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਆਤਮ ਹੱਤਿਆ ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਜੀ ਪਤਨੀ ਤੋਂ ਦੁਖੀ ਪਤੀ ਨੇ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਿਆ ਪੁਲਿਸ ਨੇ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਚ ਭੇਜ ਦਿੱਤੀ ਆ ਪੁਰਾਣਾ ਸ਼ਾਲਾ ਪੁਲਿਸ ਨੇ ਜਾਂਚ ਕਰ ਰਹੇ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਸ਼ਮੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਗੁਰੀਆ ਦਾ ਪਤਨੀ ਦੇ ਨਾਲ ਲਾਈਟ ਚੜਾ ਗੜਾ ਰਿਹਾ ਰਹਿੰਦਾ ਸੀਗਾ ਤੇ ਬੀਤੇ ਦਿਨੀ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ